ਗੁਰੂ ਰੂਪ ਪਿਆਰੀ ਸਾਥ ਸੰਗਤ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਗੁਰੂ ਜੀ ਦੇ ਤੀਰ ਇਸ ਰਿਲੇਖੇਟ ਕਈ ਲਿਖਤਾ ਹਨ ਜਿਨ੍ਹਾਂ ਨੂੰ ਅਲੱਗ-ਅਲੱਗ ਸਿਰਲੇਖ ਦਿੱਤੇ ਗਏ ਹਨ ਪਹਿਲਾ ਹੈ ਮਹਾ ਆਨੰਦੀ ਵੇਦਨਾ ਪਹਿਲਾ ਜਿਹੜੀ ਮਹਾ ਆਨੰਦੀ ਵੇਦਨਾ ਹੈ ਇਹ ਕਾਵਿਅ ਰੂਪ ਵਿੱਚ ਹੈ ਇਸ ਵਿੱਚ ਇੱਕ ਕਵਿਤਾ ਭਾਈ ਵੀਰ ਸਿੰਘ ਜੀ ਦੀ ਤੇ ਇੱਕ ਭਾਈ ਨਨ ਲਾਲ ਜੀ ਦੀ ਵੀ ਸ਼ਾਮਲ ਕੀਤੀ ਗਈ ਹੈ ਦੂਸਰੀ ਲਿਖਤ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਸਾਡੇ ਜੀਵਨ ਦੇ ਅੰਦਰ ਵਾਰ ਉਤਾਰ ਚੜ੍ਹਾਓ ਕਿਉਂ ਆਉਂਦੇ ਰਹਿੰਦੇ ਹਨ ਤੇ ਤੀਸਰਾ ਇੱਕ ਅਲਵਾਹਕ ਦੇ ਗੀਤ ਵਿੱਚ ਆਪ ਜੀ ਨੇ ਇੱਕ ਹਲਵਾਉਣ ਵਾਲੇ ਦੀ ਸਿਮਰਨ ਦੀ ਅਵਸਥਾ ਦੱਸੀ ਹੈ ਕਿ ਲੋਕ ਜਦ ਉਸ ਕੋਲੋਂ ਪੁੱਛਦੇ ਹਨ ਕਿ ਤੂੰ ਵਾਇਗਰੂ ਵਾਇਗਰੂ ਕਿਉਂ ਕਰਦਾ ਹੈ ਤਾਂ ਸੰਵੇਗਨਾਰਥਾ ਕੰਮ ਲੱਗਦਾ ਹੈ ਤਾਂ ਉਹ ਬਾਬਾ ਕੀ ਉੱਤਰ ਦਿੰਦਾ ਹੈ ਸੋ ਦੂਸਰਾ ਜਿਹੜਾ ਲਿਖਤ ਹੈ ਉਹ ਵਾਰਤਕ ਵਿੱਚ ਹੈ ਤੇ ਤੀਸਰਾ ਜਿਹੜਾ ਸਰਲੇਖ ਹੈ ਸਿੱਖ ਹਲਵਾਹਕ ਦਾ ਗੀਤ ਹੈ ਉਹ ਵੀ ਕਵਿਤਾ ਦੇ ਰੂਪ ਵਿੱਚ ਹੈ ਚੌਥਾ ਸਿਰਲੇਖ ਹੈ ਉਹ ਖਾਲਸਾ ਸ਼ਿਲਪਕਾਰ ਵੀ ਹੈ ਉਹ ਵੀ ਵਾਰਤਕ ਵਿੱਚ ਲਿਖੀ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਨੀਂਦ ਜਦ ਆ ਜਾਵੇ مخਮਲ ਦੇ ਵਿਛਾਉਣੇ ਨਾ ਜਾਵੇ ਨਹੀਂ ਪ੍ਰੇਮ ਦੀ ਕੋਈ ਵੀ ਜਾਤੀ ਸੱਚਾ ਧਰਮ ਪ੍ਰੇਮ ਵਾਲਾ ਅਣਯਾਲੇ ਤੀਰਾਂ ਨਾਲ ਵਿੰਦ ਦੇ ਦਾ ਅੰਦਰੋਂ ਛਾਤੀ ਤਦ ਕਿਵੇਂ ਬਚੇ ਜਗਿਆਸੂ ਤੀਖਣੇ ਪ੍ਰੇਮ ਦੀ ਪੀੜਾ ਜਿਸ ਦਾ ਆਨੰਦ ਅਕਹਿ ਉਹ ਹਾਸਸ ਲੈਣ ਦਾ ਸਹਿ ਇਹ ਪ੍ਰੇਮ ਦਾ ਨੀਮ ਹੈ ਜਿਸ ਵਿੱਚ ਕੁਸ਼ਲ ਦੇਖੇ ਪਰਮ ਸੁੰਦਰਤਾ ਰੱਬੀ ਹੈ ਜਿਸ ਦੀ ਚਮਕ ਅਨੋਖੀ ਜਦ ਆਪਣਾ ਰੰਗ ਵਿਖਾਵੇ ਦਿਲ ਪੰਛੀ ਫੜਫੜਾਵੇ ਉਹ ਬਿਸਮਲਕੂ ਕੇ ਤੜਪੇ ਜਿਵੇਂ ਤੀਰ ਸ਼ਿਕਾਰੀ ਲਗੇ ਇਹ ਮਹਾ ਆਨੰਦ ਦੀ ਪੀੜਾ ਤਦ ਭਣੇ ਉਸ ਦੀ ਅਰਦਾਸ ਹੈ ਇਹ ਕੋਈ ਰਬੀ ਦਾਤ ਉਹ ਵੇਖੇ ਨੂਰ ਜਮਾਲੀ ਸੁੰਦਰਤਾ ਸ਼ਾਨਾਂ ਵਾਲੀ ਜੋ ਹਰ ਥਾਂ ਦਿਸੇ पसਰੀ ਪਰ ਵੇਖੋ ਕੋਈ ਅੱਖ ਵਖਰੀ ਨਹੀਂ ਗੋਚਰ ਦੀ ਇਹ ਖੇੜ ਹੈ ਅਗਮ ਅਗੋਚਰ ਪੀਧ ਇਥੇ ਆਪ ਜੀਆ ਨੇ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਦਾ ਵਰਣਨ ਕੀਤਾ ਹੈ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸੀਂ ਧਾਗਲ ਵਕੜੀ ਪਾਈ ਨਿਰਾਂ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਫਿਰ ਲੜਫੜਨੇ ਨੂੰ ਉੱਠ ਦੋੜੇ ਪਰ ਲੜ ਉਹ ਮਹਾ ਬਿਜਲੀ ਲਹਿਰਾ ਬਿਜਲੀ ਕੂੰਦ ਗਈ ਥਰਾਂਦੀ ਹੁਣ ਚੱਕਾ ਚੁੰਦ ਹੈ ਛਾਈ ਭਾਈ ਵੀਰ ਸਿੰਘ ਇਹ ਕਵਿਤਾ ਆਪ ਜੀ ਨੇ ਭਾਈ ਨੰਦ ਲਾਲ ਜੀ ਦੇ ਲੇਖਣੀ ਵਿੱਚੋਂ ਲਿਖੀ ਹੈ ਨੈਣਾ ਚੋਂ ਤੀਰ ਚਲਾ ਕੇ ਉਸ ਮੈਨੂੰ ਹੈ ਵੰਸੂਟਿਆ ਹੈ ਦਿਲ ਵਿੱਚ ਜਾ ਕੇ ਖੂਬਿਆ ਜਿਸ ਨੇ ਹੈ ਕਾਇਲ ਕੀਤਾ ਮਰਦਾ ਮੂਰੀਦ ਬਣਾ ਦਿੱਤਾ ਮੈਂ ਭਾ ਲਿਆ ਸਭ ਸੰਸਾਰ ਇਸ ਰੋਗ ਅਵਲੜੇ ਵਾਲਾ ਨਾ ਦਿਸੇ ਕੋਈ ਉਪਚਾਰ ਭਾਈ ਨੰਦ ਲਾਲ ਜੀ ਇਸੇ ਲਿਖਤ ਵਿੱਚੋਂ ਅਗਲਾ ਸਿਰਲੇਖ ਹੈ ਸੁਤੰਤਰਤਾ ਇੱਕ ਆਤਮਿਕ ਅਨੁਭੂਤੀ ਪਰਮ ਤੀਖਣਤਾ ਦਾ ਇਹ ਧਾਰਮਿਕ ਅਨੁਭਵ ਆਪਣੇ ਆਤਮਮੁਖੀ ਰੂਪ ਵਿੱਚ ਉਤਨਾ ਹੀ ਸੁਤੰਤਰ ਹੈ ਜਿੰਨਾ ਕਿ ਇਹ ਸਰੀਰਕ ਭਾਵਨਾ ਦੇ ਰੂਪ ਵਿੱਚ ਸੀਮਤ ਹੈ ਇਸ ਦੀ ਇਹ ਸੰਜਮ ਸੀਮਾ ਕੋਈ ਬਾਹਰੀ ਸ਼ਕਤੀ ਨਿਰਧਾਰਤ ਨਹੀਂ ਕਰਦੀ ਸਗੋਂ ਉਸ ਉਤੇ ਸਹਿਜ ਰੂਪ ਵਿੱਚ ਆਪ ਮੁਹਾਰੇ ਹੀ ਉਤਪਨ ਹੋ ਜਾਂਦੀ ਹੈ ਜਦੋਂ ਵੀ ਪੂਰਨ ਸੁੰਦਰਤਾ ਦਾ ਬਿਜਲੀ ਚਲਕਾਰਾ ਮਨੁੱਖ ਦੇ ਹਿਰਦੇ ਉੱਤੇ ਆ ਕੇ ਪੈਂਦਾ ਹੈ ਤਾਂ ਇਸ ਦਾ ਅਸਰ ਬਿਜਲੀ ਦੇ ਲਿਸ਼ਕਾਰੇ ਵਰਗਾ ਹੁੰਦਾ ਹੈ ਇਹ ਅੰਤਰ ਦ੍ਰਿਸ਼ਟੀ ਮਨੁੱਖੀ ਚੇਤਨਤਾ ਨੂੰ ਉਸ ਦੇ ਸਰੀਰਕ ਪੱਧਰ ਤੋਂ ਉਠਾ ਕੇ ਕੁਝ ਮੰਡਲਾਂ ਵੱਲ ਲੈ ਜਾਂਦੀ ਹੈ ਜਿੱਥੇ ਜਾ ਕੇ ਉਸ ਦਾ ਮਹਾ ਅਨੰਤ ਦੇ ਮੋਨ ਮੰਡਲਾਂ ਵਿੱਚ ਪਰਵੇਸ਼ ਹੁੰਦਾ ਹੈ ਇਸ ਪਰਮਾਨੰਦ ਦੇ ਉੱਚੇ ਮੰਡਲਾਂ ਤੋਂ ਹੇਠਾਂ ਡਿਗਣ ਨਾਲ ਬਿਰਹਾ ਦੀ ਵਿਜੋਗ ਪੀੜਾ ਆ ਕੇੜਦੀ ਹੈ ਇਸ ਪ੍ਰਕਾਰ ਉਸ ਮਹਾ ਸੁੰਦਰਤਾ ਦੇ ਜਗਿਆਸੂ ਦੇ ਅੰਦਰ ਵਾਰ ਉਤਾਰ ਚੜ੍ਹਾਓ ਆਉਂਦੇ ਰਹਿੰਦੇ ਹਨ ਹਾਂਜੀ ਫਿਰਦੋਰਾ ਦੀ ਜਦੋਂ ਵੀ ਪੂਰਨ ਸੁੰਦਰਤਾ ਦਾ ਬਿਜਲੀ ਲਿਸ਼ਕਾਰਾ ਮਨੁਖ ਦੇਰ ਦੇ ਉੱਤੇ ਆ ਕੇ ਪੈਂਦਾ ਹੈ ਤਾਂ ਇਸ ਦਾ ਅਸਰ ਬਿਜਲੀ ਦੇ ਲਿਸ਼ਕਾਰੇ ਵਰਗਾ ਆਉਂਦਾ ਹੈ ਇਹ ਅੰਤਰ ਦ੍ਰਿਸ਼ਟੀ ਮਨੁੱਖੀ ਚੇਤਨਤਾ ਨੂੰ ਉਸ ਦੇ ਸਰੀਰਕ ਪੱਧਰ ਤੋਂ ਉਠਾ ਕੇ ਉੱਚ ਮੰਡਲਾਂ ਵਿੱਚ ਲੈ ਜਾਂਦੀ ਹੈ ਜਿੱਥੇ ਜਾ ਕੇ ਉਸ ਮਹਾ ਆਨੰਦ ਦੇ ਮੋਨ ਮੰਡਲਾਂ ਵਿੱਚ ਪਰਵੇਸ਼ ਹੁੰਦਾ ਹੈ ਇਸ ਪਰਮ ਆਨੰਦ ਦੇ ਉੱਚੇ ਮੰਡਲਾਂ ਤੋਂ ਹੇਠਾਂ ਡਿਗਣ ਨਾਲ ਬਿਰਹਾ ਦੀ ਵਿਜੋਗ ਪੀੜਾ ਆ ਕੇੜਦੀ ਹੈ ਇਸ ਪ੍ਰਕਾਰ ਉਸ ਮਹਾ ਸੁੰਦਰਤਾ ਦੇ ਜਗਿਆਸੂ ਦੇ ਅੰਦਰ ਵਾਰ ਉਤਾਰ ਚੜ੍ਹਾਓ ਆਉਂਦੇ ਰਹਿੰਦੇ ਹਨ ਉਸ ਨੂੰ ਇਸ ਸੱਚੀ ਧਾਰਮਿਕ ਭਾਵਨਾ ਦੇ ਦੁੱਖ ਸੁੱਖ ਹਰਕ ਸੋਗ ਪੀੜਾ ਤੇ ਆਨੰਦ ਦੋਵੇਂ ਹੀ ਸ਼ਾਨਦਾਰ ਲੱਗਦੇ ਹਨ ਇਸ ਤਰ੍ਹਾਂ ਇਹ ਹੋਰ ਵੀ ਉਚੇਰੀ ਪ੍ਰਾਪਤੀ ਲਈ ਪਰਸਪਰ ਰੂਪ ਵਿੱਚ ਇੱਕ ਦੂਜੇ ਉੱਤੇ ਪ੍ਰਭਾਵ ਪਾਉਂਦੇ ਰਹਿੰਦੇ ਹਨ ਇਸ ਲੜੀ ਦਾ ਅਗਲਾ ਸਿਰਲੇਖ ਹੈ ਸਿੱਖ ਹਲਵਾਹਕ ਦਾ ਗੀਤ ਇੱਕ ਸਿੱਖ ਜਗਿਆਸੂ ਸਿੱਧਾ ਸਾਦਾ ਹਲਵਾਹਕ ਪੰਜਾਬ ਦਾ ਜੱਟ ਕਿਰਸਾਨ ਇਹ ਉਚਾਰੇ ਵਿੱਚ ਮਸਤੀ ਦੇ ਵਾਹਿਗੁਰੂ ਦਾ ਹਰ ਨਾਮ ਉਸ ਨੂੰ ਇਸ ਆਨੰਦ ਵਿੱਚ ਲੀਨ ਵੇਖ ਕੇ ਕੋਈ ਜੀਵ ਸੰਸਾਰੀ ਆ ਕੇ ਉਸ ਨੂੰ ਪੁੱਛਣ ਲੱਗੇ ਦੱਸੋ ਬਾਬਾ ਜੀ ਕਿਉਂ ਵਾਰ-ਵਾਰ ਤੁਸੀਂ ਰਟ ਰਹੇ ਹੋ ਇੱਕੋ ਹੀ ਹਰੀ ਨਾਮ ਸਾਨੂੰ ਤਾਂ ਇੰਜ ਆਪੇ ਹੈ ਇਹ ਸਭ ਕੁਝ ਨਿਰਾਰਤ ਤੇ ਖਾਮ ਸੰਤਪੁਰਸ਼ ਦਾ ਉੱਤਰ ਮਿੱਤਰੋ ਮੈਂ ਨਹੀਂ ਹਾਂ ਰਾਜ਼ੀ ਮੇਰੇ ਤਨ ਵਿੱਚ ਚੀਸਾਂ ਉੱਠਣ ਭਖ ਦਾ ਇੰਜ ਇਹ ਜਾਵੇ ਰੋਮ ਰੋਮ ਵਿੱਚ ਸੂਈਆਂ ਚੁੱਭਣ ਮੇਰੀ ਪੀੜ ਅਕਹਿ ਪਵਨ ਵੀ ਮੈਨੂੰ ਆ ਕੇ ਲੋਹੰਦੀ ਮੈਂ ਹਾਂ ਇੱਕ ਬਿਮਾਰ ਨਰ ਕੀ ਇਸ ਮਹਾ ਅਗਨੀ ਦਾ ਦਿਸੇ ਨਾ ਕੋਈ ਦਾਰੂ ਪਰ ਮੇਰੇ ਮਿੱਤਰੋ ਬਿਨਾ ਨਾਮ ਔਖਦ ਜਿਸ ਨੂੰ ਤੁਸੀਂ ਸਮਝ ਰਹੇ ਹੋ ਪੱਥਰ ਗੀਟੀਆਂ ਦੀ ਖੇਡ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਤੋਂ ਬਿਨ ਇਸ ਕਸ਼ਟ ਦਾ ਨਹੀਂ ਹੈ ਕੋਈ ਹੋਰ ਉਪਚਾਰ ਭਾਵੇਂ ਜਾਪੇ ਇਦਾਂ ਸਿਲ ਅਲੂਣੀ ਚਟਣ ਪਰ ਵਾਹਿਗੁਰੂ ਦਾ ਜਪਦਾ ਜਦ ਮੈਂ ਨਾਮ ਤਦ ਮੈਨੂੰ ਇੰਜ ਹੋਵੇ ਪ੍ਰਤੀਤ ਜਿਵੇਂ ਹਿਮ ਗੰਗਾ ਦੇ ਸੀਤਲ ਜਲ ਵਿੱਚ ਕਰਦਾ ਮੈਂ ਇਸ਼ਨਾਨ ਹਾਂਜੀ ਭਾਵੇਂ ਜਾਪੇ ਇਦਾਂ ਸਿਲ ਅਲੂਣੀ ਚਟਣ ਪਰ ਵਾਹਿਗੁਰੂ ਦਾ ਜਪ ਦਾ ਜਦ ਮੈਂ ਨਾਮ ਤਦ ਮੈਨੂੰ ਇੰਜ ਹੋਵੇ ਪ੍ਰਤੀਤ ਜਿਵੇਂ ਹਿਮ ਗੰਗਾ ਦੇ ਸੀਤਲ ਜਲ ਵਿੱਚ ਕਰਦਾ ਮੈਂ ਇਸ਼ਨਾਨ ਅਗਲਾ ਸਿਰਲੇਖ ਹੈ ਖਾਲਸਾ ਸ਼ਿਲਪਕਾਰ ਵੀ ਹੈ ਖਾਲਸਾ ਸਮੂਹ ਮੁਖ ਰੂਪ ਵਿੱਚ ਸਾਧ ਸੰਗਤ ਹੀ ਹੁੰਦਾ ਹੈ ਇਸ ਦਾ ਕਰਤਾ ਆਪਣੇ ਵਿੱਚ ਸਮਿਲਿਤ ਵਿਅਕਤੀਆਂ ਨੂੰ ਹਿਮ ਗੰਗਾ ਦੀ ਜਲ ਧਾਰਾ ਦੇ ਪਵਿੱਤਰ ਇਸ਼ਨਾਨ ਦਾ ਆਨੰਦ ਪ੍ਰਦਾਨ ਕਰਦਾ ਹੈ ਤੇ ਉਸੇ ਤਰ੍ਹਾਂ ਦੀ ਤੀਬਰ ਭਗਤੀ ਭਾਵਨਾ ਨੂੰ ਜਿਸ ਦਾ ਕਿ ਉਪਰ ਇੱਕ ਹਲਵਾਹਕ ਸੰਤਪੁਰਸ਼ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਨੂੰ ਸਭ ਨਾਲ ਸਾਂਝਾ ਕਰਕੇ ਪ੍ਰਭੂ ਦੇ ਨਾਮ ਸਿਮਰਨ ਦੇ ਅਮਲ ਵਿੱਚ ਸੁਹਾਜ ਆਨੰਦ ਦੀ ਭਾਵਨਾ ਨੂੰ ਜਾਗਰੂਪ ਕਰਨਾ ਹੈ ਇਸ ਚੁੱਪ ਤੇ ਸ਼ਾਂਤ ਸਰੂਪ ਦੇ ਸ਼ਾਂਤ ਚਿੱਤ ਵਾਤਾਵਰਣ ਵਿੱਚ ਹੀ ਆਤਮਾ ਦੀਆਂ ਡੂੰਘਾਣਾ ਵਿੱਚ ਸ਼ਕਤੀ ਦਾ ਸੰਚਾਲਨ ਕੀਤਾ ਜਾਂਦਾ ਹੈ ਅਜਿਹੇ ਅਮਲ ਮਹਾਨ ਲੋਕਾਂ ਦੇ ਜੀਵਨ ਪਰਵਾਹ ਵਿੱਚ ਹੀ ਕੱਢਦਾ ਹੈ ਹਾਂਜੀ ਇਸ ਚੁੱਪ ਤੇ ਸ਼ਾਂਤ ਸਰੂਪ ਦੇ ਸ਼ਾਂਤ ਚਿਤ ਵਾਤਾਵਰਣ ਵਿੱਚ ਹੀ ਆਤਮਾ ਦੀਆਂ ਡੂੰਘਾਣਾ ਵਿੱਚ ਸ਼ਕਤੀ ਦਾ ਸੰਜਾਲਨ ਕੀਤਾ ਜਾਂਦਾ ਹੈ ਅਜਿਹੇ ਅਮਲ ਮਹਾਨ ਲੋਕਾਂ ਦੇ ਜੀਵਨ ਪਰਵਾਹ ਵਿੱਚ ਹੀ ਕੱਢਦਾ ਹੈ ਗੁਰੂ ਰੂਪਿਆਰੀ ਸਾਥ ਸੰਗਤ ਜੀ ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ